ਸਤਿ ਸ੍ਰੀ ਅਕਾਲ ਜੀ। ਆਪਣਾ ਜਿਹੜਾ ਬਿਜਲੀ ਵਾਲਾ ਗੀਜ਼ਰ ਲੱਗੇ ਨੂੰ ਜੀ, ਅੱਜ ਹੋ ਗਏ 4 ਮਹੀਨੇ, 120 ਦਿਨ ਹੋ ਗਏ। ਆਪਾਂ ਇਸ ਤੋਂ ਪਹਿਲਾਂ 2 ਵੀਡੀਓ ਪਾਈਆਂ ਸੀ, ਇੱਕ ਜਦੋਂ ਇਹ ਫਿੱਟ ਕੀਤਾ ਸੀ ਉਦੋਂ, ਉਸ ਤੋਂ 20 ਦਿਨਾਂ ਬਾਅਦ, ਅਤੇ ਉਦੋਂ ਆਪਾਂ ਗੱਲ ਕੀਤੀ ਸੀ ਕਿ ਜਦੋਂ ਪੂਰੀ ਠੰਡ ਦੇ ਵਿੱਚ ਆਪਾਂ ਵੀਡੀਓ ਬਣਾਵਾਂਗੇ ਧੁੰਦ ਦੇ ਦਿਨਾਂ ਵਿੱਚ, ਕਿਉਂਕਿ ਉਸ ਸਮੇਂ 1 ਅਕਤੂਬਰ ਨੂੰ ਜਦੋਂ ਆਪਾਂ ਇਹ ਵੀਡੀਓ ਬਣਾਈ ਸੀ ਉਦੋਂ ਪਾਣੀ ਦਾ ਟੈਂਪਰੇਚਰ 26-27 ਡਿਗਰੀ ਹੁੰਦਾ ਸੀ। ਪਰ ਹੁਣ ਜਿਹੜਾ ਪਾਣੀ ਦਾ ਟੈਂਪਰੇਚਰ ਆ ਟੂਟੀ ਦੇ ਦਾ, ਟੈਂਕੀ ਦੇ ਦਾ, ਉਹ ਮੈਂ ਚੈੱਕ ਕੀਤਾ 12 ਡਿਗਰੀ ਦੇ ਆਸ ਪਾਸ ਆਈ। ਹੁਣ ਦੂਜੀ ਗੱਲ ਇਹ ਹੋ ਗਈ, ਉਹਨਾਂ ਦਿਨਾਂ ਦੇ ਵਿੱਚ ਜਿਹੜਾ ਟੈਂਪਰੇਚਰ ਸੀ ਆਪਾਂ ਇਹਦਾ ਮੈਂ ਰੱਖਦਾ ਸੀਗਾ ਜੀ 50-52 'ਤੇ, ਅਤੇ ਹੁਣ ਆਪਾਂ ਰੱਖਦੇ ਹਾਂ 62 'ਤੇ। ਕਾਰਨ 2 ਬਣ ਗਏ, ਕਿਉਂਕਿ ਇੱਕ ਤਾਂ ਜ਼ਿਆਦਾ ਠੰਡੇ ਪਾਣੀ ਨੂੰ ਜ਼ਿਆਦਾ ਗਰਮ ਕੀਤਾ, ਅਤੇ ਉਹਨਾਂ ਦਿਨਾਂ ਵਿੱਚ ਕੀ ਹੁੰਦਾ ਕਿ ਥੋੜ੍ਹਾ ਜਿਹਾ ਮੌਸਮ ਉਹੋ ਜਿਹਾ ਹੁੰਦਾ ਅਤੇ ਆਪਾਂ ਹਿਸਾਬ ਜਿਹੇ ਪਾਣੀ ਨਹਾ ਲੈਂਦੇ ਹਾਂ, ਅਤੇ ਜਦੋਂ ਜ਼ਿਆਦਾ ਠੰਡ ਹੁੰਦੀ ਅਤੇ ਉਦੋਂ ਆਪਾਂ ਜ਼ਿਆਦਾ ਤੱਤਾ ਪਾਣੀ ਲੈਂਦੇ ਹਾਂ। ਉਦੋਂ ਜੋ ਮੈਂ 20 ਦਿਨਾਂ ਬਾਅਦ ਵੀਡੀਓ ਬਣਾਈ ਸੀ ਉਦੋਂ ਇਹਦੀ ਰੀਡਿੰਗ ਆਈ ਸੀ, ਜਿਹੜਾ ਆਪਾਂ ਇੱਥੇ ਸਬ ਮੀਟਰ ਲਗਾਇਆ ਜੀ, ਇਹਦੇ ਉੱਪਰ ਉਹਦੀ ਰੀਡਿੰਗ ਆਈ ਸੀਗੀ 2-2.25 ਯੂਨਿਟ। ਇੱਕ ਦਿਨ ਬਈ ਜੀ 5 ਮੈਂਬਰ ਜਦੋਂ ਨਹਾਉਂਦੇ ਆ, ਅਤੇ ਇਹਦੀ ਇੰਨੀ ਐਵਰੇਜ ਆਈ ਸੀ। ਹੁਣ ਉਹੀ 5 ਮੈਂਬਰ ਨਹਾਉਣ ਵਾਲੇ ਆ, 5 ਵਾਰੀ ਆਪਾਂ ਖਾਲੀ ਕਰਦੇ ਹਾਂ। ਖਾਲੀ ਕਿਵੇਂ ਕਰਦੇ ਹਾਂ, ਜਿਵੇਂ ਕਿ ਦੇਖੋ ਹੁਣ ਇਹ 63 ਡਿਗਰੀ 'ਤੇ ਆ, ਠੀਕ ਹੈ ਜੀ। 63 ਡਿਗਰੀ ਤੋਂ ਜਦੋਂ ਆਪਾਂ ਪਾਣੀ ਟੱਬ ਦੇ ਵਿੱਚ ਭਰਿਆ, ਤਕਰੀਬਨ ਮੈਂ ਦੇਖਿਆ ਕਿ ਜਦੋਂ 40 ਡਿਗਰੀ ਟੈਂਪਰੇਚਰ ਹੋ ਜਾਂਦਾ ਇੱਥੇ, ਉਦੋਂ ਆਪਦੇ ਆਪ ਹੀ ਉਨਾ ਕੁ ਪਾਣੀ ਦੇ ਨਾਲ ਆਪਣਾ ਸਰ ਜਾਂਦਾ। ਜਿਹੜਾ ਠੰਡਾ ਪਾਣੀ ਉਹ 12 ਡਿਗਰੀ ਆ, 40 ਡਿਗਰੀ ਦੇ ਵਿੱਚ ਟੈਂਪਰੇਚਰ ਬਚ ਜਾਂਦਾ, ਯਾਨੀ ਕਿ ਇੰਨਾ ਕੁ ਗਰਮ ਪਾਣੀ ਅਤੇ ਉਹ ਜੋ ਵੀ ਉਹਦੀ ਐਵਰੇਜ ਆਉਂਦੀ ਹੋਊਗੀ ਹੈ ਨਾ ਬਾਅਦ ਦੇ ਵਿੱਚ, ਯਾਨੀ 40 ਡਿਗਰੀ ਤੋਂ 63 ਡਿਗਰੀ ਤੱਕ ਲਿਜਾਣ ਦੇ ਲਈ ਹੁਣ ਇਹਨੂੰ ਬਿਜਲੀ ਜ਼ਿਆਦਾ ਖਾਣੀ ਪੈਂਦੀ ਆ। ਅਤੇ ਇਹਦੇ ਵਿੱਚ ਜਿਹੜੀ ਇਹਦੀ ਐਵਰੇਜ ਆਈ ਆ ਉਹ ਆਪਾਂ ਤੁਹਾਨੂੰ ਇੱਥੇ ਦਿਖਾਉਣੇ ਆ, 120 ਦਿਨ ਆ, ਅਤੇ ਇੱਥੇ ਮੀਟਰ ਦੇਖੋ ਚੱਲਦਾ ਪਿਆ 470 ਯੂਨਿਟ, 470 KWH, 470 ਯੂਨਿਟ ਖਾ ਗਿਆ ਜੀ ਇਹ 4 ਮਹੀਨਿਆਂ ਦੇ ਵਿੱਚ। ਹੁਣ ਆਪਾਂ ਐਵਰੇਜ ਦੇਖਦੇ ਹਾਂ ਵੀ ਡੇਲੀ ਦੀ ਕਿੰਨੀ ਯੂਨਿਟ ਦੀ ਇਹਦੀ ਖਪਤ ਆ। ਦੇਖੋ ਜੇ ਆਪਾਂ ਇੱਕ ਦਿਨ ਜਾਂ 2 ਦਿਨ ਇਹਦੀ ਐਵਰੇਜ ਕੱਢਾਂਗੇ, ਉਹ ਐਵਰੇਜ ਨਹੀਂ ਆਉਂਦੀ। ਜੇ ਆਪਾਂ ਲੰਬਾ ਸਮਾਂ ਪੂਰਾ ਸੀਜ਼ਨ ਚਲਾ ਕੇ ਦੇਖਾਂਗੇ ਤਾਂ ਉਹਦੀ ਜਿਹੜੀ ਸਹੀ ਐਵਰੇਜ ਆ ਉਹ ਆਊਗੀ। ਅਤੇ ਚਲੋ ਆਇਓ ਫਿਰ ਆਪਾਂ ਦੇਖਦੇ ਹਾਂ ਕਿ ਕਿੰਨੀ ਇਹਦੀ ਐਵਰੇਜ ਨਿਕਲੀ ਆ। ਅਤੇ ਲਓ ਜੀ, ਇਹ 470 ਯੂਨਿਟ 120 ਦਿਨਾਂ 'ਚ ਖਾਧੀਆਂ, ਜਿਹੜੀ ਇਹਦੀ ਐਵਰੇਜ ਆਈ ਆ 3.91, ਆਪਾਂ ਇਹਨੂੰ 4 ਯੂਨਿਟਾਂ ਮੰਨ ਕੇ ਚੱਲਾਂਗੇ। 4 ਮਹੀਨਿਆਂ 'ਚ ਇਹਨੇ ਇੰਨੀ ਬਿਜਲੀ ਖਾਧੀ ਆ। ਕੁਛ ਕੁ ਜਗ੍ਹਾ 'ਤੇ ਟੈਂਪਰੇਚਰ ਪਾਣੀ ਦਾ ਇਦੋਂ ਥੋੜ੍ਹਾ ਵੱਧ ਵੀ ਸਕਦਾ 1-2 ਡਿਗਰੀ, ਅਤੇ ਇਸ ਤੋਂ ਘੱਟ ਵੀ ਸਕਦਾ ਜੀ, ਅਤੇ ਉੱਥੇ ਜਿਹੜੀ ਰੀਡਿੰਗ ਆ ਥੋੜ੍ਹੀ ਬਹੁਤੀ ਵੱਧ ਘੱਟ ਹੋ ਸਕਦੀ ਆ। ਪਰ ਜਿਹੜੀ ਇਹਦੀ ਬਿਲਕੁਲ ਸਹੀ ਕੈਲਕੂਲੇਸ਼ਨ ਆ ਉਹ ਇਹੀ ਆ ਜੀ। ਇਹੋ ਜਿਹੀਆਂ ਹੋਰ ਵੀਡੀਓ ਵੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਅਤੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰੋ ਜੀ। ਵੀਡੀਓ ਵਧੀਆ ਲੱਗੇ ਤਾਂ ਅੱਗੇ ਸ਼ੇਅਰ ਵੀ ਕਰੋ। ਧੰਨਵਾਦ ਜੀ।